सुन ले नाद जे कान Good.
शगुन कह गुणी जिस कह दिए रहे आधार
कृष्णा लग गया है, इसकी कृष्णा भुख सब उतर जिन्ना भेटिया मेरा पूरा सतगुरु इन हर नाम दृढ़ावे राम राज इसकी कृष्णा भुख सब उतर किसी को पता ही नहीं लगता पीड़ा सताती नहीं ते ऐसे रोग बतात विच होते हैं पीड़ा वाले रोग तो छेती पता लग जाता है ना उनका इलाज भी हो जाता है उपराला भी हो जाता है लोग कर दें रोग भी हो जाते हैं बतात रोग हमेशा वो फैलते ने जिन्ना रोगों की पीड़ा ना हो क्योंकि उनका उपराला कोई नहीं करना गुरु ने एवं नहीं आख्या जो जो दिसे सो सो रोगी क्यों क्योंकि कहन लगे मैं ऐसे रोग का जिक्र कर रहा जिंदी पीड़ा नहीं हो रही बहुते रोगी ने उनका उपराला ही कोई नहीं सवाल खड़ा होगा जी यो जे रोग केड़े ने जिन्हां दा इलाज ही कोई नहीं करता सारे ही रोगी ने जेड़ा भी दिसदा वो रोगी रोगी खूबसूरत गल एक लाइन विच आखी कहन लगे मैं तुहानू दोनों गल्लां इकट्ठियां समझा देना चाहना रोग ते दारू दोवें चीज़ एक रोग बड़ा समझ है ते रोग भी हो जेड़ा बदलवे रूप विच जन्म दे नाल ही जमांदरू रोग पे कई रोग ऐसे होते हैं जड़े जमांदरू ही होते हैं बच्चे दे जन्म नाल ही होते हैं कहन लगे दुनिया दे बहुते रोगी मैनू इसे लिए दिस देने क्योंकि वो रोग ऐसा है जेड़ा जमांदरू रोग है ते जन्म दे नाल ही हर इक नू मिली है लगे वो रोग है भुख का रोग भुख का जमांदरू मिले बच्चा जदों जन्म लैंदा सब तो पहला उसकी भुख लगती है उन्हें बोलना मां सिखाती है जिस मां बाप ने कभी बच्चे को कुछ बोलिया ही ना होवे उनका बच्चा बोलना सीख नहीं सकता क्योंकि बोली तो
ਮਾਂ ਕੋਲੋਂ ਸਿੱਖਣੀ, ਇਸ ਲਈ ਉਹਨੂੰ ਮਾਂ ਬੋਲੀ ਆਖਦੇ। ਮਾਂ ਕੋਲੋਂ ਸਿੱਖਣੀ ਇਹਦਾ ਮਤਲਬ ਬੋਲਣਾ ਉਹਨੂੰ ਸਿਖਾਉਣਾ ਪਏਗਾ, ਸਿਖਾਉਣਾ ਪਏ। ਚੱਲਣਾ ਬਾਪ ਸਿਖਾਉਂਦਾ, ਉਂਗਲ ਫੜਦਾ ਤੇ ਲੈ ਕੇ ਤੁਰਦਾ ਹੈ। ਚੱਲਣਾ ਉਹਨੂੰ ਸਿਖਾਉਣਾ ਪਏਗਾ। ਪਰ ਮੈਂ ਪੁੱਛਣਾ, ਕਦੇ ਕਿਸੇ ਬੱਚੇ ਨੂੰ ਦੁੱਧ ਪੀਣਾ ਵੀ ਕਿਸੇ ਨੇ ਸਿਖਾਇਆ? ਜਦੋਂ ਜਨਮ ਲੈਂਦਾ ਦੁੱਧ ਪੀਣਾ ਆਪੇ ਹੀ ਆ ਜਾਂਦਾ, ਦੋ ਚਾਰ ਦਸ ਮਿੰਟ ਅੱਧੇ ਘੰਟੇ ਬਾਅਦ ਦੁੱਧ ਪੀਣ ਲੱਗ ਜਾਂਦਾ। ਸਿਖਾਉਣਾ ਨਹੀਂ ਪੈਂਦਾ, ਕਿਉਂ? ਕਿਉਂਕਿ ਭੁੱਖ ਹੈ। ਜੀਵਨ ਨੂੰ ਰੋਕ ਪਹਿਲਾਂ ਭੁੱਖ ਹੈ। ਕਹਿਣ ਲੱਗੇ, ਇਹ ਰੋਗ ਜਨਮ ਨਾਲ ਮਿਲਿਆ ਤੇ ਮਨੁੱਖ ਨੂੰ ਇਹਦੇ ਅਹਿਸਾਸ ਬਾਰੇ ਸਿਖਾਉਣਾ ਨਹੀਂ ਪੈਂਦਾ। ਸਾਰੀ ਜ਼ਿੰਦਗੀ ਬਦਲਵੇਂ ਰੂਪ ਵਿੱਚ ਭੁੱਖ ਵੱਧਦੀ ਜਾਂਦੀ, ਭੁੱਖ ਬਦਲਦੀ ਜਾਂਦੀ, ਤੇ ਮਨੁੱਖ ਸਾਰੀ ਜ਼ਿੰਦਗੀ ਭੁੱਖ ਮਿਟਾਉਣ ਦੇ ਉਪਰਾਲੇ ਵਿੱਚ ਲੱਗਾ ਰਹਿੰਦਾ ਸਾਰਾ ਜੀਵਨ। ਕਦੀ ਦੇਖੋ, ਥੋੜ੍ਹਾ ਜਿਹਾ ਵੱਡਾ ਹੋਇਆ, ਖਿਡੌਣਿਆਂ ਦੀ ਭੁੱਖ ਲੱਗ ਗਈ, ਅਜੇ ਵੀ ਰੋਈ ਜਾਂਦਾ। ਪਹਿਲਾਂ ਤਾਂ ਰੋਂਦਾ ਸੀ ਦੁੱਧ ਲਈ, ਹੁਣ ਰੋਂਦਾ ਖਿਡੌਣਿਆਂ ਲਈ। ਭੁੱਖ ਬਦਲ ਗਈ ਨਾ, ਪੀੜਾ ਹੋਵੇ ਤਾਂ ਰੋਂਦਾ ਹੀ। ਉਹ ਇੱਕ ਅੰਦਰਲੀ ਪੀੜਾ, ਇੱਕ ਛੋਟੇ ਜਿਹੇ ਅਹਿਸਾਸ ਦਾ ਨਾਂ ਹੈ। ਆਖਿਰ ਤਾਂ ਰੋਣਾ ਪੀੜਾ ਵਿੱਚੋਂ ਨਿਕਲਦਾ ਹੈ ਨਾ। ਪਹਿਲਾਂ ਰੋਂਦਾ ਸੀ ਦੁੱਧ ਲਈ, ਸਭ ਤੋਂ ਪਹਿਲਾਂ ਦਾ ਰੋਣ ਜਿਹੜਾ ਹੈ ਉਹ ਦੁੱਧ ਲੈਂਦੀ, ਕਿਉਂਕਿ ਰੋਗ ਪਹਿਲਾਂ, ਪੀੜਾ ਪਹਿਲੀ ਹੈ, ਜਮੰਦਰ ਨੂੰ ਰੋਗ। ਉਸ ਤੋਂ ਬਾਅਦ ਖਿਡੌਣੇ ਆ ਗਏ, ਹੁਣ ਰੋਂਦਾ ਖਿਡੌਣਿਆਂ ਲਈ। ਹੋਰ ਜ਼ਰਾ ਵੱਡਾ ਹੋਇਆ, ਉਹਨੂੰ ਪਹਿਨ ਦਾ ਅਹਿਸਾਸ ਬਦਲਿਆ, ਉਹ ਭੁੱਖ ਲੱਗ ਗਈ, ਹੁਣ ਰੋਂਦਾ ਸੋਹਣੇ ਸੋਹਣੇ ਕੱਪੜਿਆਂ ਲਈ। ਬਦਲਦੀ ਗਈ ਭੁੱਖ ਸਾਰੇ ਜੀਵਨ ਵਿੱਚ, ਭੁੱਖ ਰੁਕੀ ਨਹੀਂ, ਇਹਦਾ ਇਲਾਜ ਨਹੀਂ ਹੋ ਸਕਿਆ। ਮਨੁੱਖ ਜੀਵਨ ਭਰ ਇੱਕ ਭੁੱਖ ਦਾ ਇਲਾਜ ਨਹੀਂ ਕਰ ਸਕਿਆ। ਗੁਰੂ ਨੇ ਬੜੀਆਂ ਖੂਬਸੂਰਤ ਐਗਜ਼ਾਮਪਲਾਂ ਦਿੱਤੀਆਂ ਨੇ ਇਸ ਗੱਲ ਦੀ। ਕਹਿਣ ਲੱਗੇ, ਭੁੱਖ ਦੀ ਹਾਲਤ ਕੀ ਹੈ? ਰੇਤਲੇ ਇਲਾਕੇ ਮਾਰੂਥਲ, ਇਸ ਦਾ ਨਾਂ ਵੀ ਕਿਉਂ ਪਿਆ? ਕਿਉਂਕਿ ਨਾ ਉੱਥੇ ਕੋਈ ਅਨਾਜ ਪੈਦਾ ਹੁੰਦਾ ਰੇਤਲੇ ਇਲਾਕੇ। ਹੁਣ ਦਿਨ ਬ ਦਿਨ ਇਹਦੇ ਉਪਰਾਲੇ ਹੋ ਗਏ ਕਿ ਉਸ ਮਿੱਟੀ ਵਿੱਚ ਕੁਛ ਬਦਲਾਓ ਆਵੇ ਤੇ ਉਹ ਕੁਛ ਪੈਦਾ ਕਰਨ ਲੱਗ ਪਏ। ਹੁਣ ਬਾਗ ਬਗੀਚੇ ਵੀ ਲੱਗਣ ਲੱਗ, ਉਹ ਗੱਲ ਵੱਖਰੀ, ਲੇਕਿਨ ਉਹ ਫਿਰ ਮਾਰੂਥਲ ਨਾ ਰਹੇ। ਮਾਰੂਥਲ ਉਦੋਂ ਹੀ ਸਨ ਜਦੋਂ ਉੱਥੇ ਨਾ ਪਾਣੀ ਹੁੰਦਾ ਸੀ, ਨਾ ਕੋਈ ਪੀਣ ਨੂੰ ਮਿਲਦਾ ਸੀ, ਨਾ ਕੋਈ ਖਾਣ ਨੂੰ ਮਿਲ, ਨਾ ਸਾਇਆ ਮਿਲਦਾ ਸੀ, ਕਿਉਂਕਿ ਦਰਖਤ ਨਹੀਂ ਸਨ ਹੁੰਦੇ। ਮਾਰੂਥਲਾਂ ਵਿੱਚ ਕਿਸੇ ਨੂੰ ਸਫ਼ਰ ਕਰਨਾ ਪੈ ਰਿਹਾ ਅਤੇ ਲੋਕ ਆਖਦੇ ਸਨ ਮਾਰੂਥਲਾਂ ਵਿੱਚ ਰੁਲ ਮੋਇਆ। ਮੈਂ ਜਦੋਂ ਪਹਿਲਾਂ ਇੰਗਲੈਂਡ ਆਇਆ ਨਾ, ਅਮੈਰੀਕਾ ਆਇਆ, ਉਸ ਏਰੀਏ ਦਾ ਨਾਂ ਹੀ ਸੁਣ ਕੇ ਮੈਂ ਹੈਰਾਨ ਜਿਹਾ ਹੋਇਆ ਵੀ ਸਾਡੀ ਗੱਲ ਨਾਲ ਕਿਵੇਂ ਮੇਲ ਖਾਂਦਾ। ਉੱਥੇ ਜਿਹੜਾ ਉਹ ਏਰੀਆ ਹੈ ਉਹਦਾ ਨਾਂ ਡੈਥ ਵੈਲੀ ਹੈ। ਡੈਥ ਵੈਲੀ, ਤੇ ਮੈਂ ਆਖਿਆ ਵੀ ਡੈਥ ਵੈਲੀ ਤੇ ਮਾਰੂਥਲ ਗਲਤੀ ਕੋਈ ਹੈ, ਕਿਉਂਕਿ ਉੱਥੇ ਕੋਈ ਪੈਦਾ ਨਹੀਂ ਹੁੰਦਾ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਆਪਣੀ ਰਚਨਾ ਤੋਂ ਆਖਿਆ ਉਹ ਮਾਰੂਥਲ ਕਿਉਂ ਹੈ? ਸਤਿਗੁਰੂ ਦੀ ਬਾਣੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਕਹਿਣ ਲੱਗੇ
ਕਿਤੇ ਬਾਰਿਸ਼ ਪੈ ਜਾਏ ਅਤੇ ਜ਼ਿਆਦਾ ਦਿਨ ਬਾਰਿਸ਼ ਪੈ ਜਾਏ ਸਾਨੂੰ ਫਿਕਰ ਪੈ ਜਾਂਦਾ ਹੜ੍ਹ ਆ ਜਾਂਦੇ ਪਿੰਡ ਨਗਰ ਡੁੱਬ ਜਾਂਦੇ ਕਿਉਂਕਿ ਧਰਤੀ ਨੇ ਉਹਨਾਂ ਪਾਣੀ ਜਜ਼ਬ ਨਹੀਂ ਕਰਨਾ ਉਹ ਰੱਜ ਗਈ ਹੈ ਕੋਈ ਚੀਜ਼ ਅੰਦਰ ਤਾਂ ਹੀ ਨਹੀਂ ਨਾ ਜਾਂਦੀ ਜਦੋਂ ਅੰਦਰ ਰੱਜ ਜਾਏ ਰੋਟੀ ਆਪਾਂ ਖਾਂਦੇ ਹਾਂ ਜਦੋਂ ਅੰਦਰ ਰੱਜ ਜਾਂਦਾ ਫਿਰ ਨਹੀਂ ਜਾਂਦੀ ਉਸ ਦਿਨ ਦੇ ਜਿਸ ਰੋਟੀ ਲਈ ਦਿਨ ਰਾਤ ਕਮਾਈ ਕਰੀ ਦੀ ਹੈ ਜਿਸ ਰੋਟੀ ਲਈ ਤਰਸੀ ਦਾ ਬਣਾਈ ਦੀ ਹੈ ਜੇ ਥਾਲ ਸੱਜ ਕੇ ਸਾਹਮਣੇ ਆ ਜਾਏ ਖਾਂਦਿਆਂ ਖਾਂਦਿਆਂ ਮਨੁੱਖ ਰੱਜ ਜਾਏ ਅਤੇ ਹੁਣ ਉਹ ਹੀ ਰੋਟੀ ਸਾਹਮਣੇ ਪਈ ਹੈ ਅੰਦਰ ਨਹੀਂ ਜਾਂਦੀ ਕਿਉਂਕਿ ਰੱਜ ਦਾ ਅਤੇ ਭੁੱਖ ਦਾ ਇਹੋ ਹੀ ਅੰਤਰ ਹੈ ਜਦੋਂ ਰੱਜ ਜਾਏ ਉਦੋਂ ਨਹੀਂ ਆਉਂਦੇ ਹੁਣ ਆਮ ਧਰਤੀ ਜਿਹੜੀ ਜਦੋਂ ਇਹਦੇ 'ਤੇ ਬਾਰਿਸ਼ ਪੈਂਦੀ ਉਹ ਰੱਜ ਜਾਂਦੀ ਹੈ ਪਾਣੀ ਤੋਂ ਮਨ ਥਲਕੇ ਨੂੰ ਕਹਿੰਦੇ ਨੇ ਰੇਤਲੀ ਧਰਤੀ ਜਿੰਨੀ ਮਰਜ਼ੀ ਬਾਰਿਸ਼ ਪਈ ਜਾਏ ਰੱਜਦੀ ਨਹੀਂ ਜਿਉਂ ਜਿਉਂ ਬਾਰਿਸ਼ ਪੈਂਦੀ ਹੈ ਜਜ਼ਬ ਹੁੰਦੀ ਜਾਂਦੀ ਉੱਥੇ ਹੜ੍ਹ ਆਉਂਦਾ ਹੀ ਕੋਈ ਅਤੇ ਗੁਰੂ ਨੇ ਹਵਰ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਬੜੀ ਭੁੱਖੀ ਹੈ ਤੇ ਜਿਹੜੀ ਆਪ ਭੁੱਖੀ ਹੈ ਉਹ ਕਿਸੇ ਨੇ ਰੋਟੀ ਕਿਵੇਂ ਦੇਵੇ ਇਸੇ ਲਈ ਉੱਥੇ ਕੁਝ ਪੈਦਾ ਹੀ ਨਹੀਂ ਹੁੰਦਾ ਜਿਹੜਾ ਆਪ ਭੁੱਖਾ ਹੈ ਉਹ ਤਾਂ ਲੁਕਾ ਕੇ ਖਾਂਦਾ ਕਿਸੇ ਦੂਜੇ ਨੂੰ ਪਤਾ ਵੀ ਨਾ ਲੱਗ ਜਾ ਮੇਰੇ ਕੋਲ ਕੁਝ ਖਾਣ ਨੂੰ ਹੈ ਗੁਰਬਾਣੀ ਨੇ ਬੜੀਆਂ ਅਜੀਬ ਜਿਹੀ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿਣ ਲੱਗੇ ਮਾਰੂ ਥਲ ਦੀ ਨਿਸ਼ਾਨੀ ਕੀ ਹੈ ਉਹ ਰੱਜਦਾ ਨਹੀਂ ਉਹਦੇ ਕੋਲ ਭੁੱਖ ਹੈ ਮਾਰੂ ਮਿਹੀ ਨਾਰਕ ਪਿਆ ਅੱਗੀ ਲੈ ਨਾ ਭੁੱਖ ਅੱਗ ਜਿਹੜੀ ਹੈ ਉਹ ਵੀ ਭੁੱਖੀ ਹੈ ਤੇ ਉਹ ਹੈ ਬਾਲਣ ਦੀ ਭੁੱਖੀ ਤੁਸੀਂ 100 ਮਣ 200 ਮਣ 500 ਮਣ ਬਾਲਣ ਅੱਗ ਵਿੱਚ ਸੁੱਟ ਦਿਓ ਪਾਈ ਚੱਲੋ ਤੇ ਆਖੋ ਵੀ ਕਦੀ ਅੱਗ ਜਵਾਬ ਦੇ ਦੇਵੇਗੀ ਕਿ ਮੈਂ ਹੁਣ ਰੱਜ ਗਈ ਬਸ ਹੁਣ ਮੈਂ ਨਹੀਂ ਸਾੜ ਸਕਦੀ ਹੁਣ ਹੋਰ ਮੈਨੂੰ ਬਾਲਣ ਨਾ ਦਿਓ ਕਹਿੰਦੇ ਵੀ ਕਦੀ ਐਸਾ ਹੋ ਸਕਦਾ ਭੁੱਖ ਨਹੀਂ ਉਹਨੂੰ ਰੱਜ ਹੀ ਨਹੀਂ ਆਉਂਦਾ ਅੱਗੀ ਲਹਿ ਨਾ ਭੁੱਖ ਅੱਗ ਦੀ ਭੁੱਖ ਵੀ ਨਹੀਂ ਮਿਟਦੀ ਮਾਰੂ ਥਲ ਦੀ ਭੁੱਖ ਵੀ ਨਹੀਂ ਮਿਟਦੀ ਜਿੱਥੇ ਭੁੱਖ ਹੈ ਉਹ ਦੁੱਖ ਹੈ ਭੁੱਖ ਇੱਕ ਦੁੱਖ ਸਤਿਗੁਰੂ ਨੇ ਜਦੋਂ ਗਿਣਤੀ ਕੀਤੀ ਹੈ ਨਾ ਦੁੱਖਾਂ ਦੀ ਉਦੋਂ ਵੀ ਇਹ ਗੱਲ ਰੱਖੀ ਹੈ ਉਦੋਂ ਵੀ ਇਹ ਗੱਲ ਰੱਖੀ ਇੱਕ ਵਿਛੋੜਾ ਇੱਕ ਦੁੱਖ ਭੁੱਖ ਗੁਰਬਾਣੀ ਬੜਾ ਸਪਸ਼ਟ ਕੀਤਾ ਪਾਤਸ਼ਾਹ ਦੱਸੋ ਸਾਡੇ ਸਾਰਿਆਂ ਬਹੁਤਾਤ ਵਿੱਚ ਸਾਡੇ ਜੀਵਾਂ ਵਿੱਚ ਈਵਨ ਜਿਹਨੂੰ ਅਸੀਂ ਸਿੱਖ ਤੋਂ ਆਖਦੇ ਹਾਂ ਜਦੋਂ ਮੈਂ ਉਹਦੇ ਚੁਗਿਰਦੇ ਵੱਲ ਦੇਖਣੇ ਸਾਰੇ ਭੁੱਖੇ ਹਾਲਾਂਕਿ ਗੁਰੂ ਨੇ ਇੱਕ ਗੱਲ ਆਪਣੀ ਜ਼ਬਾਨ ਤੋਂ ਆਖ ਦਿੱਤੀ ਸੀ ਕਿ ਮੈਂ ਗੁਰਸਿੱਖਾਂ ਦੀ ਭੁੱਖ ਹੀ ਤਾਂ ਮਿਟਾਉਣ ਆਇਆ ਗੁਰਸਿੱਖਾਂ ਕੀ ਭੁੱਖ ਸਭ ਗਏ ਗੁਰੂ ਕਹਿੰਦਾ ਮੈਂ ਤਾਂ ਭੁੱਖ ਮਿਟਾਉਂਦਾ ਆ ਕਿਉਂ ਮੈਂ ਇੱਕ ਵਾਰ ਕੀਤੀ ਸੀ ਭੁੱਖ ਕਿੰਨੀ ਨਾ ਮੁਰਾਦ ਬਦਕਿਸਮਤ ਬਿਮਾਰੀ ਹੈ ਜੇ ਗਰੀਬ ਨੂੰ ਲੱਗ ਜਾਏ ਤਾਂ ਉਹ ਮੰਗਤਾ ਬਣ ਜਾਂਦਾ ਭੁੱਖ ਨਿਰਬਲ ਕਮਜ਼ੋਰ ਨੂੰ ਲੱਗ ਜਾਏ ਉਹ ਕਿਸੇ ਕੋਲ ਖੋ ਤਾਂ ਸਕਦਾ ਨਹੀਂ ਫਿਰ ਉਹ ਮੰਗਤਾ ਬਣਦਾ ਹੈ ਤੇ ਜੇ ਬਲਵਾਨ ਕਿਸੇ ਨੂੰ ਭੁੱਖ ਲੱਗ ਜਾਏ ਤਾਕਤਵਰ ਨੂੰ ਭੁੱਖ ਲੱਗਦਾ ਉਹ ਜ਼ਾਲਮ ਬਣ ਜਾਂਦਾ ਹੈ ਖੋ ਕੇ ਖਾਂਦਾ ਦੂਜੇ ਨੂੰ ਖਾਣ ਨਹੀਂ ਦਿੰਦਾ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ ਕੇ ਦੂਜੇ ਨੂੰ ਨਹੀਂ ਖਾਣ ਦਿੰਦਾ ਇਸ ਲਈ ਭਾਵੇਂ ਨਿਰਮਲ ਹੋਵੇ ਤੇ ਭਾਵੇਂ ਬਲਵਾਨ ਹੋਵੇ ਦੋਵਾਂ ਵਾਸਤੇ ਭੁੱਖ ਮਾਰੀ ਤੇ ਗੁਰੂ ਕਹਿੰਦੇ ਨਾ ਮੈਂ ਕਿਸੇ ਨੂੰ ਜ਼ਾਲਮ ਵੇਖਣਾ ਚਾਹੁੰਦਾ ਸਿੱਖੀ ਵਿੱਚ ਨਾ ਮੈਂ ਕਿਸੇ ਨੂੰ ਮੰਗਤਾ ਦੇਖਣਾ ਚਾਹੁੰਦਾ ਸਿੱਖੀ ਵਿੱਚ ਗੁਰੂ ਤਾਂ ਸਿੱਖ ਨੂੰ ਮੰਗਤਾ ਵੀ ਨਹੀਂ ਦੇਖਣਾ ਚਾਹੁੰਦਾ ਤੇ ਜ਼ਾਲਮ ਵੀ ਨਹੀਂ ਦੇਖਣਾ ਚਾਹੁੰਦਾ ਤੇ ਦੋਵਾਂ ਚੀਜ਼ਾਂ ਦੀ ਜੜ੍ਹ ਹੈ ਭੁੱਖ ਤੇ
ਗੁਰੂ ਕਹਿੰਦਾ ਮੈਂ ਇਸੇ ਲਈ ਸਿੱਖ ਦੀ ਭੁੱਖ ਮਿਟਾਉਣਾ ਚਾਹੁੰਦਾ। ਜਿਨ੍ਹਾਂ ਅੰਤਰ ਹਰ ਅਰਪਿਤ ਹੈ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਨਾਮ ਹਰ ਤੇਰੀ ਰਾਮ ਰਾਜੇ, ਗੁਰਸਿੱਖਾਂ ਦੀ ਭੁੱਖ ਸਭ ਗਈ, ਤੇਰੇ ਪਿੱਛੇ ਭੁੱਖ ਆਏ ਗਏ, ਭੁੱਖ ਮਿਟਾਉਣਾ ਚਾਹੁੰਦਾ। ਕਿਉਂਕਿ ਭੁੱਖ ਮਨੁੱਖ ਨੂੰ ਲਾਚਾਰ ਕਰ ਦਿੰਦੀ। ਜਦੋਂ ਮੈਂ ਅੱਜ ਦੇਖਣਾ ਤਾਂ ਆਪਣੇ ਚੌਗਿਰਦੇ ਵਿੱਚ ਵੀ ਤਾਂ ਭੁੱਖਿਆਂ ਦੀ ਦੁਨੀਆ ਜ਼ਿਆਦਾ ਸਿੱਖ ਖੁਆਰੀ। ਸਤਿਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਪ ਦਿੱਤੀ, ਇਸੇ ਲਈ ਮਾਰੂ ਮਿਹੀ ਨਾਤ੍ਰਿਪਤਿਆ ਅੱਗੀ ਲਹਿ ਨਾ ਭੁੱਖ। ਅਗਲੀ ਲਾਈਨ ਪੜ੍ਹਿਓ। ਰਾਜਾ ਰਾਜ ਨਾ ਤ੍ਰਿਪਤਿਆ, ਰਾਜ ਕਰਨ ਵਾਲੇ ਰਾਜਨੀਤੀ ਦੀ ਭੁੱਖ ਰੱਖਣ ਵਾਲੇ ਕਦੀ ਰਾਜ ਵਿੱਚ ਰਜਦੇ ਨਹੀਂ। ਬੁੱਢੇ ਭਾਜ ਹੱਥ ਪੈਰ ਕੰਮ ਨਾ ਕਰ, ਜ਼ਬਾਨ ਬੋਲ ਨਾ ਸਕੇ, ਅਜੇ ਹੋਰ ਰਾਜ ਕਰ ਲੈਣਾ। ਬਾਕੀ ਸਾਰੀ ਸੰਸਾਰ ਦੀ ਕਿਰਤ ਵਿੱਚ ਕੋਈ ਰਿਟਾਇਰਮੈਂਟ ਦੀ ਨਿਸ਼ਚਿਤ ਉਮਰ ਹੈ? ਇਸ ਉਮਰ ਵਿੱਚ ਜਾ ਕੇ ਰਿਟਾਇਰ ਹੋ ਜਾ। ਇੱਕ ਰਾਜਨੀਤੀ ਇਹੋ ਜਿਹੀ ਹੈ ਜਿੱਥੇ ਰਾਜਨੀਤੀ ਵਿੱਚ ਕੋਈ ਰਿਟਾਇਰਮੈਂਟ ਦੀ ਉਮਰ ਨਹੀਂ, ਕਿਉਂਕਿ ਇੱਥੇ ਰਾਜ ਕੋਈ ਨਹੀਂ। ਰਾਜਾ ਰਾਜ ਨਾ ਤ੍ਰਿਪਤਿਆ, ਕਹਿੰਦੇ ਇਹੋ ਹਾਲਤ ਹੈ ਜਿਵੇਂ ਸਾਇਰ ਭਰੇ ਇੱਕ ਸੁੱਖ। ਸਾਇਰ ਜਿਹੜਾ ਸਮੁੰਦਰ ਨੂੰ ਕਹਿੰਦੇ ਨੇ, ਸਮੁੰਦਰ ਜਿਹੜਾ ਹੈ ਉਹ ਸਭ ਪਾਣੀ ਨਾਲ ਭਰਿਆ ਹੋਇਆ ਤੇ ਅਜੇ ਵੀ ਨਹੀਂ ਰਜਦਾ, ਕਿਸੇ ਨੂੰ ਪਾਣੀ ਦੇ ਦੇ। ਕਹਿੰਦੇ ਨੇ ਬਾਰਿਸ਼ ਤਾਂ ਸਾਇਰ ਭਰੇ ਕਿ ਸੁੱਖ, ਬਾਰਿਸ਼ ਵੀ ਪੈਂਦੀ, ਦਰਿਆ ਵੀ ਉਹਦੇ 'ਚ ਹੋਰ ਆਉਂਦੇ ਨੇ, ਸਭ ਨੂੰ ਹਜ਼ਮ ਕਰੀ ਜਾਂਦਾ ਸਮੁੰਦਰ। ਪਾਣੀ ਉਹਦੇ 'ਚ ਪਹਿਲਾਂ ਵੀ ਇੰਨਾ ਹੈ ਅਤੇ ਇੰਨੀ ਵੱਡੀ ਧੁੱਪ, ਜੇ ਗਰਮੀ ਪੈ ਜਾਏ, ਗਰਮੀਆਂ ਦੇ ਦਿਹਾੜੇ ਹੋ ਜਾਣ ਅਤੇ ਸੂਰਜ ਆਖੇ ਮੈਂ ਇਸ ਸਮੁੰਦਰ ਕੋਲੋਂ ਪਾਣੀ ਸੁਕਾ ਦਿਆਂਗਾ, ਸੁੱਕ ਜਾਏਗਾ। ਭਰਿਆ ਹੋਇਆ ਸਮੁੰਦਰ ਵੀ ਸੁੱਕਣ ਲਈ ਤਿਆਰ ਨਹੀਂ, ਪਾਣੀ ਛੱਡਣ ਲਈ ਤਿਆਰ ਨਹੀਂ। ਗੁਰਬਾਣੀ ਨੇ ਐਗਜ਼ਾਂਪਲ ਦਿੱਤੀ, ਕਹਿਣ ਲੱਗੇ ਸਾਇਰ ਭਰੇ ਰਾਜਾ ਰਾਜ ਨਾ ਤ੍ਰਿਪਤਿਆ। ਇੱਕ ਨੇ ਕਈ ਐਗਜ਼ਾਂਪਲ ਦਿੱਤੀਆਂ, ਹੁਣੇ ਇੱਕ ਲਫ਼ਜ਼ ਆਇਆ ਸਾ ਆਖਣ ਆਖ ਨਾ ਰੱਜਿਆ, ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ ਰੱਜ ਨਾ ਕੋਈ ਜੀਵਿਆ। ਬਾਕੀ ਚੀਜ਼ਾਂ ਤਾਂ ਭੁੱਖ ਹੈ ਸੀ, ਜੀਵਨ ਦੀ ਵੀ ਭੁੱਖ ਬਣ ਗਈ, ਹਾਲਾਂਕਿ ਜੀਵਨ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ। ਜਮਨ ਵਰਨਾ ਆਪਾਂ ਰੋਜ਼ ਪੜ੍ਹਨੇ ਆ, ਜਮਨ ਵਰਨਾ ਭੁੱਖ ਮਰ ਪਾਣੇ ਆ ਵਿੱਚ ਹੈ, ਇਹ ਮਨੁੱਖ ਦੇ ਆਪਣੇ ਹੱਥ ਦੇ। ਪਰ ਭੁੱਖ ਇਹਦੀ ਇੰਨੀ ਹੈ ਕਿ ਮਨੁੱਖ ਨਹੀਂ ਮਰਨਾ ਚਾਹੁੰਦਾ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਮਨੁੱਖ ਕੋਈ ਐਸਾ ਟਿਕਾਣਾ ਨਹੀਂ ਜਿੱਥੇ ਜਾ ਕੇ ਆਖੇ ਕਿ ਮੈਂ ਹੁਣ ਚੱਲਿਆ, ਮੈਂ ਜਾਣਾ ਚਾਹੁੰਦਾ। ਆਪਣੀ ਰਸਮਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਸਾਰੇ ਸ਼ਬਦ ਇੱਕ ਥਾਂ ਤੇ ਇੱਥਾਂ ਆਖੇ ਹੋਏ ਨੇ, ਕਹਿਣ ਲੱਗੇ ਚੱਲ ਦਰ ਹਾਲ ਦੀ ਬਾਣ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ, ਦਰਗਾਹ ਦਾ ਫੁਰਮਾਨ ਆ ਗਿਆ। ਉਹਨਾਂ ਆਖਿਆ ਚੱਲ, ਮੌਤ ਨੇ ਆਖਿਆ ਚੱਲ ਸਾਡੇ ਨਾਲ, ਹੁਣੇ ਬੁਲਾਇਆ ਗਿਆ ਤੈਨੂੰ। ਬਾਬਾ ਕਬੀਰ ਜੀ ਦਾ ਹੀ ਸ਼ਬਦ ਹੈ, ਚੱਲ ਦਰ ਹਾਲ, ਦਰ ਹਾਲ ਦਾ ਮਤਲਬ ਹੁੰਦਾ ਹੁਣੇ, ਚੱਲ ਦਰ ਹਾਲ ਦੀ ਬਾਣ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ। ਪਰ ਅਜੇ ਵੀ ਇੱਕ ਗੱਲ ਕਹਿੰਦਾ ਹੈ, ਕਰਮ
ਅਰਦਾਸ ਗਾਮ ਕਿਛ ਬਾਕੀ ਮੇਰਾ ਜੇ ਲੈਣ ਦੇਣ ਇਹ ਸਾਬਕਾ ਕਿਤਾਬ ਕੁਝ ਪਿੰਡਾਂ ਵਿੱਚ ਕੁਝ ਘਰਾਂ ਵਿੱਚ ਕੁਝ ਲੋਕਾਂ ਨਾਲ ਬਾਕੀ ਹੈ ਮੈਨੂੰ ਕਰ ਲੈਣ ਦਿਓ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਅੱਜ ਕੀ ਰਾਤ ਇੱਕ ਰਾਤ ਮੈਨੂੰ ਹੋਰ ਦੇ ਦਿਓ ਹੈ ਸੌ ਸਾਲ ਜਿਉਣ ਤੋਂ ਬਾਅਦ ਅਜੇ ਇੱਕ ਰਾਤ ਤੇਰੀ ਬਾਕੀ ਰਹੀ ਤਗਾਦਾ ਕਰਕੇ ਇੰਨੀ ਇਕੱਠੀ ਕਰ ਲਵਾਂਗਾ ਕੁਝ ਤੁਹਾਨੂੰ ਵੀ ਦੇ ਦਿਆਂਗਾ ਲਿਓ ਨਬੇਰ ਅੱਜ ਕੀ ਰਾਤ ਕਿਸ ਵੀ ਖਰਚ ਤੁਹਾਰਾ ਸਾਰਾ ਤੁਹਾਨੂੰ ਵੀ ਦੇ ਦਿਆਂਗਾ ਸੁਬਹ ਨਿਮਾਣ ਸਰਾਈ ਗੁਜ਼ਾਰੋ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵਨ ਜੀਵੇ ਸਦਾ ਸਦਾ ਸੁਖਤੀ ਨੂੰ ਪੱਤਰ ਅਗਲੇ ਪਾਸੇ ਕਹਿੰਦੇ ਨੇ ਸਰਫੇ ਸਰਫੇ ਸਦਾ ਸਦਾ ਇਵੇਂ ਗਈ ਵਿਆਹ ਜੋੜਦਾ ਜੋੜਦਾ ਸਰਫੇ ਸਰਫੇ ਸ਼ੂਮ ਪੁਣੇ ਨਾਲ ਬਚਾਉਂਦਾ ਬਚਾਉਂਦਾ ਪਤਾ ਨਹੀਂ ਮੈਨੂੰ ਇਸ ਵੇਲੇ ਇਸ ਦੀ ਲੋੜ ਪੈ ਜਾਣੀ ਪਤਾ ਨਹੀਂ ਇਸ ਵੇਲੇ ਚੀਜ਼ ਦੀ ਲੋੜ ਪੈ ਜਾਣੀ ਇਵੇਂ ਰਾਤ ਬੀਤ ਗਈ ਕਦੀ ਵੀ ਤਿਆਰ ਨਾ ਹੋਇਆ ਪਰ ਇੱਕ ਲਫ਼ਜ਼ ਅਗਲੀ ਲਾਈਨ ਵਿੱਚ ਕਹਿ ਦਿੱਤੇ ਕਹਿਣ ਲੱਗੇ ਮੌਤ ਵੀ ਸੋਚੀ ਪੈ ਗਈ ਕੋਈ ਵੀ ਕਿਸੇ ਕੋਲੋਂ ਪੁੱਛੋ ਚੱਲਣ ਲਈ ਤਿਆਰ ਹੈ ਸੌ ਸਾਲ ਜੀ ਲਿਆ ਹੁਣ ਚੱਲਣ ਲਈ ਤਿਆਰ ਹੈ ਹੁਣ ਤਾਂ ਸਾਥੀ ਵੀ ਤੇਰਾ ਸਾਥ ਛੱਡ ਗਿਆ ਨਹੀਂ ਭਾਵ ਅੱਖਾਂ ਸਾਥ ਛੱਡ ਗਈਆਂ ਜ਼ਬਾਨ ਸਾਥ ਛੱਡ ਗਈ ਕੰਨ ਸਾਥ ਛੱਡ ਗਏ ਕਹਿਣ ਲੱਗੇ ਸਾਥੀ ਵੀ ਸਾਥ ਛੱਡ ਗਏ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਉਹ ਵੀ ਸਾਥ ਛੱਡ ਗਏ ਤੂੰ ਚੱਲਣ ਲਈ ਤਿਆਰ ਹੈ ਆਖਰੀ ਲਾਈਨ ਇਸ ਸ਼ਬਦ ਦੀ ਜਿਹੜੀ ਚੌਥੀ ਲਾਈਨ ਉਹਦੇ ਵਿੱਚ ਬੜੇ ਖੂਬਸੂਰਤ ਕਲਫਤ ਵਰਤੇ ਆ ਨੇ ਵਾਰਾਂ ਤੇ ਵਧੀਕ ਦਾ ਸ਼ਲੋਕ ਹੈ ਸਰਫੇ ਸਰਫੇ ਸਦਾ ਸਦਾ ਐਵੇਂ ਗਈ ਵਿਹਾਇ ਨਾਨਕ ਕਿਸ ਨੂੰ ਆਖੀਏ ਮੌਤ ਵੀ ਸੋਚੀ ਪਈ ਮੈਂ ਹੁਣ ਕਿਹਨੂੰ ਕਿਹਨੂੰ ਪੁੱਛਾਂ ਚੱਲਣ ਲਈ ਤਿਆਰ ਹੈ ਕੋਈ ਵੀ ਤਿਆਰ ਨਹੀਂ ਹੁੰਦਾ ਉਹ ਕਹਿੰਦੇ ਹੁਣ ਚਲੋ ਵਿਣ ਪੁੱਛਿਆ ਹੀ ਲੈ ਜਾਏ ਮੌਤ ਨੇ ਇਹ ਫੈਸਲਾ ਕਿਉਂ ਕੀਤਾ ਵੀ ਮੈਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਤੂੰ ਜਾਣਾ ਚਾਹੁੰਦਾ ਕਿਉਂਕਿ ਜਦੋਂ ਪੁੱਛਦੀ ਹੈ ਹਰ ਕੋਈ ਜਵਾਬ ਦਿੰਦਾ ਮੈਂ ਨਹੀਂ ਜਾਣਾ ਚਾਹੁੰਦਾ ਮੈਨੂੰ ਇੱਕ ਰਾਹ ਤੋਰ ਦੇ ਮੌਤ ਦਾ ਫਰਿਸ਼ਤਾ ਕਹਿੰਦਾ ਮੈਂ ਪੁੱਛਣਾ ਹੀ ਛੱਡ ਦਿੱਤਾ ਪਰ ਮਨੁੱਖ ਦੀ ਭੁੱਖ ਨਹੀਂ ਉਤਰੀ ਦੇਖ ਰਿਹਾ ਸੀ ਦੇਖ ਰਿਹਾ ਸਭ ਤੇ ਹੈਰਾਨ ਹੁੰਦਾ ਸੀ ਸਤਿਗੁਰੂ ਨੇ ਬਾਰੀ ਵਿੱਚ ਇੱਕ ਗੱਲ ਨਹੀਂ ਬਹੁਤ ਸਾਰੀਆਂ ਗੱਲਾਂ ਰਾਤ ਸਿੱਖੀ ਦੇ ਭੇਖ ਵਿੱਚ ਸਮਾ ਚੁੱਕੀ ਪ੍ਰਵੇਸ਼ ਕਰ ਚੁੱਕੀ ਭੁੱਖ ਦਾ ਨਜ਼ਾਰਾ ਅੱਖੀਂ ਦੇਖ ਰਿਹਾ ਸਾਂ ਉਸ ਗੁਰੂ ਦੇ ਦਰਬਾਰ ਵਿੱਚ ਸੇਵਾ ਕਰਨ ਵਾਲੇ ਲੋਕ ਜਿਹੜਾ ਕਹਿੰਦਾ ਮੈਂ ਭੁੱਖ ਮਿਟਾਉਣ ਆਇਆ ਉਸ ਦਰਬਾਰ ਵਿੱਚ ਬੈਠੇ ਲੋਕ ਵੀ ਇੰਨੀ ਭੁੱਖ ਲਈ ਬੈਠੇ ਨੇ ਉਹ ਗੁਰੂ ਦੇ ਦਰਬਾਰ ਦੀ ਕਿਸੇ ਚੀਜ਼ ਦੇ ਰਖਵਾਲੇ ਹੋਣ ਦੀ ਬਜਾਏ ਕਈ ਵਾਰ ਸ਼ਰਮ ਨਾਲ ਸਿਰ ਝੁਕਦਾ ਸੀ ਰਾਤ ਜਦੋਂ ਮੈਂ ਸੁਣ ਰਿਹਾ ਸਾਂ ਇੱਕ ਦੂਜੇ ਪ੍ਰਤੀ ਕਰੋੜਾਂ ਇੱਕ ਨਹੀਂ ਸੈਂਕੜੇ ਕਰੋੜਾਂ ਦੇ ਇਲਜ਼ਾਮ ਅਤੇ ਪ੍ਰੂਫ ਦੇ ਰਹੇ ਸਨ ਫਲਾਣਾ ਇੰਨਾ ਖਾ ਗਿਆ ਫਲਾਣਾ ਇੰਨਾ ਖਾ ਗਿਆ ਅਜੀਬ ਗੱਲ ਕਿੱਥੋਂ ਖਾ ਗਿਆ ਗੁਰੂ ਦੀ ਗੋਲ ਕੋਈ ਚੁੱਕਾ ਗਿਆ ਹੈਰਾਨ ਹੋ ਗਿਆ ਸੀ ਕਿਸ ਗੁਰੂ ਦੀ ਗੋਲ ਕਿਸ ਗੁਰੂ ਦਾ ਦਰਬਾਰ ਕਿਸ ਗੁਰੂ ਦੇ ਸੇਵਕ ਜਿਹੜਾ ਇਹ ਕਹਿ ਰਿਹਾ ਗੁਰਸਿੱਖਾਂ ਕੀ ਭੁੱਖ ਸਭ ਗਈ ਕਹਿੰਦਾ ਮੈਂ ਭੁੱਖ ਮਿਟਾਉਣਾ
क्यों नहीं मिटती मैं हैरान हूँ गुरु लिए नहीं मैं हैरान जी गल है मेरे नाल हट बीतियां ने ऐसा 15 साल पुरानी गल है बेटी लंडन वाली ने मैं फोन किया पापा तुम जाते हो मेरे को जाना है सतगुरु का स्वरूप बिरध हो गया जिहड़ा कर प्रकाश है मेरे जोगा श्री गुरु ग्रंथ साहब का एक स्वरूप लेंदे आना ठीक है मैं सोचा भी बजाय अमृतसरों लैके जाने दे दिल्ली ही प्लेन पकड़ने दिल्ली ही स्वरूप ले लवाने दिल्ली दिल्ली कमेटी के दफ्तर जिथे स्वरूप देंदे सन उस स्थान पर पहला फोन किया होया सी कि मैं इस तरह स्वरूप ले जाना है कि मेरी हड बीती है स्वरूप लेन गया इस तरह बारी विच स्वरूप रखे हुए सन जिमें कोई साधारण किताब नी नहीं रखता वो भी रखता है ताकि दूरों पता लगे कि किताब किसने लिखी हुई है चलो कह उस सेवादार जो दिंदी उ ड्यूटी से उन्हें सतगुरु का एक स्वरूप कढ़िया टेबल पर रख के मैं कहने लगे तुम इतने चेक कर लो कोई पत्रा फटिया ना हो जिस वे स्वरूप दर्शन करने लिए मैं कपड़ा उतारिया तो बड़ा छिजिया जहा कपड़ा जिंदे नाल स्वरूप पूरा ढकया भी नहीं सी जा रहा मेरे मन में ख्याल आया मैं एक सवाल किया मेरी अपनी हड बीती है सवाल किया भी भलिया कम से कम श्री गुरु ग्रंथ साहब का स्वरूप पता नहीं किन्ने ले जाना है कपड़ा तो इन्ना एक कपड़ा आखिया अपन दो रुमाले में प्रकाश सुखासन करने दरबार साहब पंप रुमाले में सुखासन होंगे पर चलो एक रुमाले में सुखासन करो तो भावें इस गल का सानू जी अस कही कोई वहम भरम नहीं कर रहा मैं तुम्हारे गल साझी कर रहा एक रुमाले में सुखासन करो पर कम से कम इन्ना क रुमाला हो ना जिंद सतगुरु का स्वरूप ढकया जाए जी पेटा है वधा दियो जिन्हें घर स्वरूप रखना है उनके कोई फर्क नहीं पैदा तुसी पेटा वधा रहे हो पर कम से कम जदों वो दर्शन करेगा कि तुहाडे कोल उनके मन अंदर जिहड़ी श्रद्धा लैके वो आया है उन ठेस ना पहुंचे रुमाला कंप्लीट चंगे कपड़े का पूरा ढकिया हो जिहड़ा उनका जवाब सी मैनू उस गल दे नालों ज्यादा अज तक वो याद विच है उस सेवादार कहन लगा जी असीं तां जिहड़ा श्रोमणी कमेटी कोलों आया है वो लैके ये भी सानू मुश्किल बन जाती है सानू वो ये कहते हैं भी जिन्ने स्वरूप तुम लेने ने रुमाले अपने लैके आओ श्रोमणी गुरुद्वारा प्रबंधक कमेटी वो जी 12 अरब का बजट संभालती है 12 अरब का बजट श्री गुरु ग्रंथ साहब की भेटा ही आता है भावे किसी गुरुद्वारे अज उन्हों गुरद्वार श्री गुरु ग्रंथ साहब का प्रकाश हटा दिन वेखीए भला किन्ने ये अखंड पाठा दी लड़ियां कटा दिन भला वेखी किन्ने अरब इन्होंने इकट्ठा हो जाएंगे प्रधान ते सकत्तर की भेटा कोई नहीं करना श्री गुरु ग्रंथ साहब की भेटा करना ते उस 12 अरब विचों रुमाला श्री गुरु ग्रंथ साहब की सेवा वास्ते देन लिए मेरे नाल हाडे वी 15 साल पहला की गल है लेकिन श्रोमणी कमेटी का कहती है जी ये रुमाला जरा एक है ये तुम अपने लैके आओ जिन्हें श्री गुरु ग्रंथ साहब जाने ने असं इतों रुमाला नहीं दे सकते ये उन्होंने लगभग मैं थोड़े सामने दोहरा हैरान होना भुख की भुख का स्वरूप गुरु ने यो गल आखी कह लगे मनुख तो जीवन प्रति भी यहोजा हो गया कि जिहड़ी चीज इनके हाथ विच नहीं वस विच नहीं उत्थे भी ये रज्जिया नहीं
रज न कोई चीज सरफे सरफे सदा सदा एवें गई विहाए सारी जिंदगी सरफे करद्या करद्या बीत गई ते जदों वक्त आया उदों नानक किसनू आखिए बिन पुछया ले जाए मौत ने भी यह फैसला किया भी किसी नू पुछन नाल कोई भी तैयार नहीं ते मैं किन्दे कुन्दे कुलो पुछा उन्हें भी बिना पुछया तो उड़ी जाना शुरू कर तेरी भुख दे सामने मौत दा फरिश्ता भी हार गया गुरु ने आख्या जी सिख दी भुख किवें जाए तुसी जो कहिंदे भुख मिटाउणी है लो मैं उस लफ़्ज़ ते पुछना चाहिए गुरु तुसी जो कहिंदे हो भुख मिटानी है ते ए भी कहिंदे हो है ए असाध रोग भुखिया भुख ना उतरे गली भुख ना जाए भुखिया भुख ना उतरे गली भुख ना जाए ये गल्लां नाल भुख जांदी नहीं असी रोज भुख की गल करने सारी जिंदगी भुख मिटाण दे उपराले करने जिहड़ी चीज की भुख लगती है दिन रात उपराला हुंदा है भी ये भुख मिट जाए जा नहीं रही मिट नहीं रही ते क्यों नहीं मिट रही भुखिया भुख ना उतरे गली भुख ना जाए गुरु कहते हैं अगली गल सुन इनका इलाज की नानक नानक कह लगे जिस दिन तू जेड़े गुण कहंदा है ना ओ गुण अपने हृदय विच धारण करके उस गुणी नाल अपना आप अभेद करेगा ता भुख मिटेगी फैसला गुरु दा इक लाइन विच है नानक भुखा इलाज होना सी उथे ही भुख प्रवेश कर गई
ਉੱਥੇ ਹੀ ਭੁੱਖ ਪ੍ਰਵੇਸ਼ ਹੈ। ਗੁਰੂ ਕਾ ਦਰਬਾਰ, ਗੁਰੂ ਘਰ ਆਖਵਾਉਣ ਵਾਲੇ, ਗੁਰੂ ਅਸਥਾਨ ਆਖਵਾਉਣ ਵਾਲੇ ਅਤੇ ਗੁਰੂ ਕੇ ਸੇਵਾਦਾਰ ਆਖਵਾਉਣ ਵਾਲੇ ਉਹੀ ਭੁੱਖ ਵਿੱਚ ਗ੍ਰਸਤ ਹੋ ਗਏ। ਹੁਣ ਜਦੋਂ ਹਾਲਾਤ ਪੈਦਾ ਹੋ ਗਏ, ਇੱਕ ਦੂਜੇ ਦੀ ਭੁੱਖ ਦਾ ਜ਼ਿਕਰ ਕਰ ਰਿਹਾ, ਮੈਂ ਹੈਰਾਨ ਹੋਇਆ, ਸਿਰ ਝੁਕਦਾ ਸੀ ਇਸ ਜੀਆਂ ਸਾਹਮਣੇ ਦੇਖ ਕੇ ਸੁਣਦੇ ਕਿ ਇੱਕ ਦੂਜੇ ਦੀ ਭੁੱਖ ਦਾ ਹੀ ਮੁਜ਼ਾਹਰਾ ਹੋ ਰਿਹਾ ਹੈ, ਦਿਖਾਵਾ ਹੋ ਰਿਹਾ ਭੁੱਖ ਕੀ ਹੈ। ਸਤਿਗੁਰੂ ਨੇ ਬਾਰੀ ਵਿੱਚ ਇੱਕ ਲਾਈਨ ਬੜੀ ਖੂਬਸੂਰਤ ਆਖੀ, ਕਹਿੰਦਾ ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਚੋਰ ਸਵਾਲਿਓ ਚੋਰ ਸਹਿਣਾ, ਖੋਟੇ ਕਾ ਮੁੱਲ ਏਕ ਦੁਕਾਨਾ। ਕੋਈ ਕੀਮਤ ਨਹੀਂ ਰਹਿੰਦੀ ਉਹਨਾਂ ਦੀ ਸਿੱਖੀ ਦੀ, ਉਹਨਾਂ ਦੇ ਸਰੂਪ ਦੀ, ਉਹਨਾਂ ਦੀ ਮਹਾਨਤਾ ਦੀ, ਜਿੱਥੇ ਭੁੱਖ ਦਾ ਮੁਜ਼ਾਹਰਾ ਹੋ ਜਾਏ। ਚੋਰ ਸਵਾਲਿਓ ਚੋਰ ਸਹਿਣਾ, ਖੋਟੇ ਕਾ ਮੁੱਲ ਏਕ ਦੁਕਾਨਾ। ਉਹ ਤਾਂ ਖੋਟੇ ਸਿੱਕੇ ਸਾਬਤ ਹੋ ਰਹੇ ਨੇ। ਇੱਥੋਂ ਤੱਕ ਕਹਿਣ ਲੱਗੇ ਜੇ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋ ਜਾਏ। ਬਸ ਗੁਰੂ ਬਖਸ਼ਿਸ਼ ਕਰੇ ਸਾਨੂੰ ਇਸ ਭੁੱਖ ਦੇ ਅਸਾਧ ਰੋਗ ਤੋਂ ਬਚਾ ਕੇ ਆਪਣੇ ਗੁਣਾਂ ਦੀ ਉਸ ਸਾਂਝ ਵਿੱਚ, ਗੋਦੀ ਵਿੱਚ ਲੈ ਕੇ ਰੱਖੇ। ਸਾਡਾ ਇਕੱਤਰ ਹੋਣ ਦਾ, ਗੁਰਬਾਣੀ ਪੜ੍ਹਨ ਦਾ, ਸਮਝਣ ਦਾ ਮਕਸਦ ਇਹ ਹੈ, ਤਾਂ ਕਿ ਅਸੀਂ ਇਸ ਅਸਾਧ ਰੋਗ ਤੋਂ ਕਿਵੇਂ ਬਚਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।